ਪਟਿਆਲਾ ਦੇ ਵਿੱਚ ਹਿੰਦੂ ਜਥੇਬੰਦੀਆਂ ਦੇ ਵੱਲੋਂ ਫਿਲਮ ਆਦਿ ਪੁਰਸ਼ ਦਾ ਵਿਰੋਧ ਕੀਤਾ ਜਾ ਰਿਹਾ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਘਟਨਾ ਪਟਿਆਲਾ ਦੇ ਪੀਵੀਆਰ ਸਿਨੇਮਾ ਦੇ ਦੱਸੀ ਜਾ ਰਹੀ ਹੈ ਜਿੱਥੇ ਕਿ ਫਿਲਮ ਆਦਿ ਪੁਰਸ਼ ਦਾ ਵਿਰੋਧ ਹਿੰਦੂ ਜਥੇਬੰਦੀਆਂ ਦੇ ਵੱਲੋਂ ਕੀਤਾ ਜਾ ਰਿਹਾ ਇਸ ਨੂੰ ਬਾਈਕਾਟ ਕਰਨ ਦਾ ਜਿਹੜਾ ਹੈ ਮੰਗ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਪੀਵੀਆਰ ਸਿਨੇਮਾ ਦੇ ਬਾਹਰ ਬੈਠ ਕੇ ਹਨੂੰਮਾਨ ਚਾਲੀਸਾ ਦਾ ਪਾਠ ਵੀ ਕੀਤਾ ਗਿਆ ਉੱਥੇ ਦੱਸ ਦਈਏ ਕਿ ਹਿੰਦੂ ਸੁਰੱਖਿਆ ਸਮਿਤੀ ਜਥੇਬੰਦੀ ਦੱਸੀ ਜਾ ਰਹੀ ਹੈ ਇਹਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਦੱਸ ਦਈਏ ਕਿ ਫਿਲਮ ਆਦਿ ਪੁਰਸ਼ ਦਾ ਵਿਰੋਧ ਕਾਫੀ ਸਮੇਂ ਤੋਂ ਹੋ ਰਿਹਾ ਜਦ ਤੋਂ ਫਿਲਮ ਆਦਿ ਪੁਰਸ਼ ਰਿਲੀਜ਼ ਹੋਈ ਹੈ ਉਸ ਤੋਂ ਬਾਅਦ ਵੀ ਉਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਫਿਲਮਾਂਕਨ ਨੂੰ ਲੈ ਕੇ ਲੋਕਾਂ ਦੇ ਵੱਲੋਂ ਲੋਕਾਂ ਦੇ ਵਿੱਚ ਨਾਰਾਜ਼ਗੀ ਵੇਖੀ ਜਾ ਰਹੀ ਸੀ ਜਿਸ ਤੋਂ ਬਾਅਦ ਮੇਕਰਸ ਦੇ ਵੱਲੋਂ ਡਾਇਲੋਗ ਬਦਲਣ ਦਾ ਵੀ ਜਿਹੜਾ ਹੈ ਫੈਸਲਾ ਕੀਤਾ ਗਿਆ ਸੀ ਡਾਇਲੋਗਸ ਬਦਲ ਵੀ ਦਿੱਤੇ ਗਏ ਨੇ ਕੁਝ ਡਾਇਲੋਗਸ ਤੇ ਆਪੱਤੀ ਜਿਹੜੀ ਹੈ ਜਤਾਈ ਗਈ ਸੀ ਜਿਸ ਤੋਂ ਬਾਅਦ ਮੇਕਰਸ ਦੇ ਵੱਲੋਂ ਡਾਇਲੋਗਸ ਨੂੰ ਵੀ ਬਦਲ ਦਿੱਤਾ ਗਿਆ ਸੀ ਉੱਥੇ ਦੱਸ ਦਈਏ ਕਿ ਹੁਣ ਹਿੰਦੂ ਜਥੇਬੰਦੀਆਂ ਦੇ ਵੱਲੋਂ ਪਟਿਆਲਾ ਦੇ ਵਿੱਚ ਵੀ ਇਸਦਾ ਵਿਰੋਧ ਕੀਤਾ ਗਿਆ ਫਿਲਮ ਆਦਿ ਪੁਰਸ਼ ਦਾ ਵਿਰੋਧ ਕੀਤਾ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਪੀਵੀਆਰ ਸਿਨੇਮਾ ਦੇ ਬਾਹਰ ਬੈਠ ਕੇ ਆਪਣਾ ਵਿਰੋਧ ਜਤਾਇਆ ਜਾ ਰਿਹਾ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੁਸੀਂ ਵੀ ਸੁਣੋ ਇਸ ਸੰਬੰਧੀ ਵਿਰੋਧ ਕਰ ਰਹੇ ਲੋਕ ਕੀ ਕਹਿ ਰਹੇ ਨੇ ਅਖਿਲ ਭਾਰਤੀ ਹਿੰਦੂ ਸੁਰੱਖਿਆ ਸਮਿਤੀ ਦਾ ਔਰ ਹਿੰਦੂ ਤਖ਼ਤ ਦਾ ਜ਼ਿਲ੍ਹਾ ਪ੍ਰਧਾਨ ਆਦਿ ਪੁਰਸ਼ ਫਿਲਮ ਦਾ ਅਸੀਂ ਵਿਰੋਧ ਕਰ ਰਹੇ ਹਾਂ ਜੀ ਬਾਈਕਾਟ ਕਰ ਰਹੇ ਹਾਂ ਠੀਕ ਹੈ ਇਹਦੇ ਵਾਸਤੇ ਇਕੱਠ ਹੋਇਆ ਹੈ ਸਾਰੇ ਹਿੰਦੂ ਸੰਗਠਨ ਸਾਡੇ ਨਾਲ ਆਏ ਨੇ ਸਾਡੇ ਨਾਲ ਧੱਕਾ ਹੋਇਆ ਜੀ ਲਾਠੀ ਚਾਰਜ ਕਰਨ ਲੱਗੀ ਸੀ ਪੁਲਿਸ ਠੀਕ ਹੈ ਫਿਰ ਵੀ ਅਸੀਂ ਉਹਨਾਂ ਦਾ ਡਟ ਕੇ ਮੁਕਾਬਲਾ ਕਰ ਰਹੇ ਹਾਂ ਅਸੀਂ ਹਨੂੰਮਾਨ ਚਾਲੀਸਾ ਦਾ ਪਾਠ ਕਰ ਰਹੇ ਹਾਂ ਉਹਦੇ ਠੀਕ ਹੈ ਉਸ ਤੋਂ ਬਾਅਦ ਜੋ ਸਾਨੂੰ ਹੁਕਮ ਹੋਏਗਾ ਸਾਰੀ ਸੰਸਥਾ ਦਾ ਅਸੀਂ ਉਵੇਂ ਚੱਲਾਂਗੇ ਹਨੂੰਮਾਨ ਚਾਲੀਸਾ ਦਾ ਪਾਠ ਚੱਲ ਰਿਹਾ ਜੀ ਉਸ ਤੋਂ ਬਾਅਦ ਲੱਗਦਾ ਤਾਂ ਇਹ ਸਹੀ ਰਹੇਗਾ ਆਵਾਜ਼ ਪਹੁੰਚਣੀ ਚਾਹੀਦੀ ਹੈ ਸਰਕਾਰ ਤੱਕ ਡੀ ਸੀ ਸਾਹਿਬ ਨੂੰ ਅਸੀਂ ਕਹਿ ਚੁੱਕੇ ਛੇ ਲੈਟਰ ਸਭ ਕੋਲ ਜਾ ਚੁੱਕੀ ਹੈ ਕੋਈ ਧੱਕਾ ਕਰਾਂਗੇ ਨਹੀਂ ਸਾਡਾ ਮੰਨਿਆ ਪੰਜਾਬ ਬੰਦ ਕਰਾਂਗੇ ਸ਼ਹਿਰ ਬੰਦ ਕਰਾਂਗੇ ਪੂਰਾ ਪਟਿਆਲਾ ਦੇ ਵਿੱਚ ਹਿੰਦੂ ਜਥੇਬੰਦੀਆਂ ਦੇ ਵੱਲੋਂ ਫਿਲਮ ਆਦਿ ਪੁਰਸ਼ ਦਾ ਵਿਰੋਧ ਕੀਤਾ ਜਾ ਰਿਹਾ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਘਟਨਾ ਪਟਿਆਲਾ ਦੇ ਪੀਵੀਆਰ ਸਿਨੇਮਾ ਦੇ ਦੱਸੀ ਜਾ ਰਹੀ ਹੈ ਜਿੱਥੇ ਕਿ ਫਿਲਮ ਆਦਿ ਪੁਰਸ਼ ਦਾ ਵਿਰੋਧ ਹਿੰਦੂ ਜਥੇਬੰਦੀਆਂ ਦੇ ਵੱਲੋਂ ਕੀਤਾ ਜਾ ਰਿਹਾ ਇਸ ਨੂੰ ਬਾਈਕਾਟ ਕਰਨ ਦਾ ਜਿਹੜਾ ਹੈ ਮੰਗ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਪੀਵੀਆਰ ਸਿਨੇਮਾ ਦੇ ਬਾਹਰ ਬੈਠ ਕੇ ਹਨੂੰਮਾਨ ਚਾਲੀਸਾ ਦਾ ਪਾਠ ਵੀ ਕੀਤਾ ਗਿਆ ਉੱਥੇ ਦੱਸ ਦਈਏ ਕਿ ਹਿੰਦੂ ਸੁਰੱਖਿਆ ਸਮਿਤੀ ਜਥੇਬੰਦੀ ਦੱਸੀ ਜਾ ਰਹੀ ਹੈ ਇਹਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਦੱਸ ਦਈਏ ਕਿ ਫਿਲਮ ਆਦਿ ਪੁਰਸ਼ ਦਾ ਵਿਰੋਧ ਕਾਫੀ ਸਮੇਂ ਤੋਂ ਹੋ ਰਿਹਾ ਜਦ ਤੋਂ ਫਿਲਮ ਆਦਿ ਪੁਰਸ਼ ਰਿਲੀਜ਼ ਹੋਈ ਹੈ ਉਸ ਤੋਂ ਬਾਅਦ ਵੀ ਉਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਫਿਲਮਾਂਕਨ ਨੂੰ ਲੈ ਕੇ ਲੋਕਾਂ ਦੇ ਵੱਲੋਂ ਲੋਕਾਂ ਦੇ ਵਿੱਚ ਨਾਰਾਜ਼ਗੀ ਵੇਖੀ ਜਾ ਰਹੀ ਸੀ ਜਿਸ ਤੋਂ ਬਾਅਦ ਮੇਕਰਸ ਦੇ ਵੱਲੋਂ ਡਾਇਲੋਗ ਬਦਲਣ ਦਾ ਵੀ ਜਿਹੜਾ ਹੈ ਫੈਸਲਾ ਕੀਤਾ ਗਿਆ ਸੀ ਡਾਇਲੋਗਸ ਬਦਲ ਵੀ ਦਿੱਤੇ ਗਏ ਨੇ ਕੁਝ ਡਾਇਲੋਗਸ ਤੇ ਆਪੱਤੀ ਜਿਹੜੀ ਹੈ ਜਤਾਈ ਗਈ ਸੀ ਜਿਸ ਤੋਂ ਬਾਅਦ ਮੇਕਰਸ ਦੇ ਵੱਲੋਂ ਡਾਇਲੋਗਸ ਨੂੰ ਵੀ ਬਦਲ ਦਿੱਤਾ ਗਿਆ ਸੀ ਉੱਥੇ ਦੱਸ ਦਈਏ ਕਿ ਹੁਣ ਹਿੰਦੂ ਜਥੇਬੰਦੀਆਂ ਦੇ ਵੱਲੋਂ ਪਟਿਆਲਾ ਦੇ ਵਿੱਚ ਵੀ ਇਸਦਾ ਵਿਰੋਧ ਕੀਤਾ ਗਿਆ ਫਿਲਮ ਆਦਿ ਪੁਰਸ਼ ਦਾ ਵਿਰੋਧ ਕੀਤਾ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਪੀਵੀਆਰ ਸਿਨੇਮਾ ਦੇ ਬਾਹਰ ਬੈਠ ਕੇ ਆਪਣਾ ਵਿਰੋਧ ਜਤਾਇਆ ਜਾ ਰਿਹਾ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੁਸੀਂ ਵੀ ਸੁਣੋ ਇਸ ਸੰਬੰਧੀ ਵਿਰੋਧ ਕਰ ਰਹੇ ਲੋਕ ਕੀ ਕਹਿ ਰਹੇ ਨੇ